ਹਾਂਜੀ ਡੀਅਰ ਸਟੂਡੈਂਟਸ ਬੇਟਾ ਅੱਜ ਆਪਾਂ ਪਾਠ 8 ਦੇ ਪਾਠ ਅਭਿਆਸ ਕਰਾਂਗੇ ਠੀਕ ਹੈ ਪਾਠ ਜਿੰਨੇ ਆਪਾਂ ਨੇ ਹੁਣ ਤੱਕ ਕਰ ਲਏ ਪਾਠ 8 ਤੋਂ ਲੈ ਕੇ 11 ਤੱਕ ਦੀ ਆਪਾਂ ਪਾਠ ਅਭਿਆਸ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਨੇ ਧਿਆਨ ਨਾਲ ਦੇਖਣਾ ਤੇ ਸਮਝਣਾ ਠੀਕ ਹੈ ਜੇ ਕੋਈ ਵੀ ਚੀਜ਼ ਨਹੀਂ ਚਟਣੀ ਹੈਗੀ ਬੁੱਕ ਐਕਸਰਸਾਈਜ਼ ਦੀ ਸਾਰੀਆਂ ਚੀਜ਼ਾਂ ਕਰਨੀਆਂ ਨੇ ਠੀਕ ਹੈ ਜਿਵੇਂ ਵਾਕ ਵਗੈਰਾ ਨੇ ਤਾਂ ਉਹ ਤੁਸੀਂ ਆਪਣੇ ਨੋਟਬੁੱਕ ਤੇ ਰਾਈਟ ਕਰਨੇ ਕਿਉਂਕਿ ਤੁਹਾਨੂੰ ਸਾਰੇ ਚੈਪਟਰ ਪੜਾਏ ਹੋਏ ਨੇ ਚੈਪਟਰ ਦੇ ਵਿੱਚੋਂ ਹੀ ਵਾਕ ਆ ਜਾਣਗੇ ਠੀਕ ਹੈ ਤਾਂ ਹੁਣ ਆਪਾਂ ਇਹਦੀ ਬੁੱਕ ਐਕਸਰਸਾਈਜ਼ ਕਰਦੇ ਹਾਂ ਪੀਰ ਆਓ ਸਹੀ ਉੱਤਰ ਚੁਣਨੇ ਹੈ ਠੀਕ ਹੈ ਪੀਰ ਬੁੱਧੂ ਸ਼ਾ ਦਾ ਜਨਮ ਕਿੱਥੇ ਹੋਇਆ ਕਿੱਥੇ ਹੋਇਆ ਸੀ ਸਡੋਰਾ ਦੇ ਵਿੱਚ ਬੇਟਾ ਜੇ ਤੁਸੀਂ ਚੈਪਟਰ ਨੂੰ ਧਿਆਨ ਨਾਲ ਪੜਿਆ ਹੈ ਨਾ ਤਾਂ ਤੁਹਾਨੂੰ ਸਾਰਾ ਕੁਝ ਆਪਣੇ ਆਪ ਆ ਜਾਏਗਾ ਠੀਕ ਹੈ ਪੀਰ ਬੁੱਧੂ ਸ਼ਾ ਦਾ ਜਨਮ ਕਿੱਥੇ ਹੋਇਆ ਸਡੋਰਾ ਵਿੱਚ ਪੀਰ ਬੁੱਧੂ ਸ਼ਾ ਬਚਪਨ ਤੋਂ ਕਿਹੜੀਆਂ ਰੁਚੀਆਂ ਵਾਲੇ ਸਨ ਧਾਰਮਿਕ ਰੁਚੀਆਂ ਵਾਲੇ ਸਨ ਕਿੰਨੇ ਸਾਲ ਦੀ ਉਮਰ ਵਿੱਚ ਪੀਰ ਬੁੱਧੂ ਸ਼ਾ ਦਾ ਵਿਆਹ ਹੋਇਆ ਸੀ 18 ਸਾਲ ਦੀ ਉਮਰ ਵਿੱਚ ਪੀਰ ਬੁੱਧੂ ਸ਼ਾ ਦਾ ਅਸਲ ਨਾਂ ਕੀ ਸੀ ਸ਼ੈਦ ਬਦਰ ਉਦਦੀਨ ਠੀਕੇ ਕਿਸੀ ਸ਼ੈਦ ਬਦਰ ਉਦਦੀਨ ਸੀ ਉਹਨਾਂ ਦਾ ਨਾਮ ਨੈਕਸਟ ਆਪਾਂ ਨੇ ਕੁਐਸਚਨ ਆਨਸਰ ਕਰਕੇ ਨੇ ਠੀਕੇ ਹੁਣ ਆਪਾਂ ਖਾਲੀ ਥਾਵਾਂ ਕਰਾਂਗੇ ਬਚਪਨ ਤੋਂ ਹੀ ਉਹਨਾਂ ਦੀਆਂ ਰੁਚੀਆਂ ਧਾਰਮਿਕ ਸਨ ਹਕੂਮਤ ਨੂੰ ਬਦ ਅਸੀਸਾਂ ਦਿੱਤੀਆਂ ਕਿ ਇਹਨਾਂ ਨੇ ਦਿੱਤੀਆਂ ਸੀ ਪੀਰ ਬੁੱਧੂ ਸ਼ਾਹ ਨੇ ਲੋਕ ਬਚਪਨ ਵਿੱਚ ਵੀ ਹੀ ਉਹਨਾਂ ਨੂੰ ਬੁੱਧੂ ਕਹਿੰਦੇ ਸਨ ਪੀਰ ਬੁੱਧੂ ਸ਼ਾਹ ਜੀ ਨੂੰ ਬੇਖਮ ਸ਼ਾਹ ਜੀ ਪਟਨੇ ਗੁਰੂ ਜੀ ਨੂੰ ਮਿਲ ਕੇ ਆਏ ਕਿਨਾਂ ਨੂੰ ਮਿਲ ਕੇ ਸੀ ਬਾਲ ਗੋਵਿੰਦ ਰਾਏ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਆਏ ਸੀ ਪੀਰੂ ਜੀ ਨੂੰ ਡੈਸ਼ ਕਰਕੇ ਸ਼ਹੀਦ ਕੀਤਾ ਗਿਆ ਪੀਰ ਜੀ ਨੂੰ ਟੋਟੇ ਰੋਟੇ ਕਰਕੇ ਸ਼ਹੀਦ ਕੀਤਾ ਗਿਆ ਸੀਗਾ ਨੈਕਸਟ ਬੇਟਾ ਹੈਗੇ ਨੇ ਇਹਦੇ ਵਾਕਾਂ ਵਿੱਚ ਵਰਤੋ ਨੇ ਹੁਣ ਇਹਦੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਵਾਗੇ ਠੀਕ ਹੈ ਸਾਰੇ ਕੁਝ ਚੈਪਟਰ ਦੇ ਵਿੱਚ ਹੈ ਤੁਸੀਂ ਆਪਣੇ ਨੋਟਬੁੱਕ ਤੇ ਆਪਣੇ ਆਪ ਰਾਈਟ ਕਰਨਾ ਹੈ ਠੀਕ ਹੈ ਆਪਣੇ ਤੁਸੀਂ ਜੇ ਤੋਂ ਨੇ ਚੈਪਟਰ ਪੜਿਆ ਹੋਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਤੁਹਾਨੂੰ ਸਭ ਕੁਝ ਆਉਂਦਾ ਹੈ ਪ੍ਰਭਾਵਿਤ ਸੇਵਾ ਜਨਾਬ ਤਰਸ ਯਾਤਰਾ ਸ਼ਰਧਾਲੂ ਅਸਲ ਵਿਸ਼ਵਾਸ ਇਹ ਸਾਰਾ ਕੁਝ ਤੁਸੀਂ ਤੁਹਾਡੀ ਬੁੱਕ ਦੇ ਵਿੱਚ ਸਾਰੇ ਆ ਸ਼ਬਦ ਆਉਂਦੇ ਨੇ ਠੀਕ ਹੈ ਤਾਂ ਤੁਸੀਂ ਆਪਣੇ ਆਪ ਵਾਕ ਬਣਾਉਣੇ ਨੇ ਇਹਨਾਂ ਦੇ ਠੀਕ ਹੈ ਅੱਗੇ ਆ ਗਿਆ ਵਾਕਾਂ ਅੱਗੇ ਸਹੀ ਗਲਤ ਦਾ ਨਿਸ਼ਾਨ ਲਗਾਉਣਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਯੁੱਧ ਕੀਤਾ ਠੀਕ ਹਾਂਜੀ ਕੀਤਾ ਸੀ ਉਹਨਾਂ ਨੇ ਪਹਾੜੀ ਰਾਜਿਆਂ ਨਾਲ ਯੁੱਧ ਪੀਰ ਬੁੱਧੁਸ਼ਾਦੇ ਤਿੰਨ ਪੁੱਤਰ ਸਨ ਨੋ ਪੀਰ ਬੁੱਧੂ ਸਾਹਿਬ ਦੇ ਤਿੰਨ ਪੁੱਤਰ ਨਹੀਂ ਸੀ ਬੇਟਾ ਚਾਰ ਪੁੱਤਰ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਪਠਾਣਾ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਸੀ ਨਹੀਂ ਸਗੋਂ ਦੀ ਪਠਾਣਾ ਨੂੰ ਆਪਣੀ ਫੌਜ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਤੇ ਰੱਖਿਆ ਸੀਗਾ ਪੀਰ ਬੁੱਧੂ ਸਾਹਿਬ ਜੀ ਦੇ ਕਹਿਣ ਤੇ ਠੀਕ ਹੈ ਉਸ ਪਿਛੋਂ ਪੀਰ ਬੁੱਧੂ ਸਾਹਿਬ ਜੀ ਸੜੌਰੇ ਆ ਗਏ ਗਲਤ ਉਹਨਾਂ ਦੇ ਪੁੱਤਰ ਜੰਨਤ ਦੇ ਦੁਖੀ ਸਨ ਨੋ ਗਲਤ ਠੀਕ ਹੈ ਕਿਉਂਕਿ ਉਹਨਾਂ ਦੇ ਪੁੱਤਰ ਤਾਂ ਇਹ ਚਾਰੇ ਪੁੱਤਰ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਲੜਾਈ ਸੀ ਪਹਾੜੀ ਰਾਜਿਆਂ ਦੇ ਨਾਲ ਤਾਂ ਉੱਥੇ ਸ਼ਹੀਦ ਹੋ ਗਏ ਸੀਗੇ ਉਹ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਤੇ ਇੱਕ ਭਤੀਜਾ ਯੁੱਧ ਵਿੱਚ ਸ਼ਹੀਦ ਹੋ ਗਏ ਸੀ ਠੀਕ ਠੀਕ ਹੈ ਬੇਟਾ ਇਹ ਅਗੇਤਰ ਪਛੇਤਰ ਆ ਗਏ ਫਿਰ ਉਸ ਬਾਅਦ ਬਹੁਤ ਅਰਥੀ ਸ਼ਬਦਾਂ ਦੀ ਪੜਤ ਤਾ ਦੇਖ ਦੋਨਾਂ ਦੇ ਵਾਕ ਬਣਾਉਣੇ ਨੇ ਤੁਸੀਂ ਆਪਣੇ ਆਪ ਇਹ ਕਰਨਾ ਹੈ ਇਹ ਸਭ ਕੁਝ ਠੀਕ ਹੈ ਵਾਕ ਬਣਾਉਣੇ ਨੇ ਹੇਠ ਲਿਖਿਆ ਲਾਈਨਾਂ ਵਿੱਚੋਂ ਨਾਮ ਅਤੇ ਪ੍ਰਨਾਮ ਲੱਭ ਕੇ ਉਹਨਾਂ ਦੇ ਸਾਹਮਣੇ ਲਿਖਣੇ ਨੇ ਇਸ ਯੁੱਧ ਵਿੱਚ ਪਹਾੜੀ ਰਾਜਿਆਂ ਨੂੰ ਹਾਰ ਹੋਈ ਰਾਜਾ ਨਾਮ ਹੈ ਪਟਨਾਮ ਕੀ ਇਹਦਾ ਇਸ ਆ ਗਿਆ ਠੀਕ ਹੈ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਇੱਕ ਭਤੀਜਾ ਲੜਾਈ ਵਿੱਚ ਸ਼ਹੀਦ ਹੋ ਗਏ ਨਾਮ ਕਿਹੜਾ ਆਪਣਾ ਸਭ ਤੋਂ ਪਹਿਲਾਂ ਲਿਖਣਾ ਆਪਣੇ ਪੀਰ ਬੁੱਧੂ ਸ਼ਾਹ ਦਾ ਨਾਮ ਫਿਰ ਠੀਕ ਹੈ ਇੱਕ ਕੀ ਹੈ ਇਹਦੇ ਵਿੱਚ ਪੜਨਾਮ ਉਹਨਾਂ ਦੀ ਪਤਨੀ ਨਸੀਰਾ ਨੂੰ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਬਾਰੇ ਪਤਾ ਲੱਗਿਆ ਨਸੀਰਾ ਕੀ ਹੈ ਨਾਮ ਉਹਨਾਂ ਕੀ ਹੈ ਪੜਨਾਮ ਉਹ ਜੰਨਤ ਦੇ ਭਾਗੀ ਸਨ ਜੰਨਤ ਕੀ ਹੈ ਨਾਮ ਉਹ ਕੀ ਹੈ ਪੜਨਾ ਠੀਕ ਹੈ ਤੇ ਬੇਟਾ ਇਹਦੇ ਵਿੱਚ ਸਿਰਜਣਾਤਮਕ ਵਿਕਾਸ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸਾਹਿਬ ਦੇ ਆਪਸੀ ਸਬੰਧ ਕਿਹੋ ਜਿਹੇ ਸਨ ਆਪਣੇ ਅਧਿਆਪਕ ਨਾਲ ਚਰਚਾ ਕਰੋ ਤੁਹਾਨੂੰ ਮੈਂ ਇਹ ਚੈਪਟਰ ਸਮਝਾਤਾ ਠੀਕ ਹੈ ਵੀਡੀਓ ਦੇ ਰਾਹੀਂ ਸਮਝਾਇਆ ਤੁਹਾਨੂੰ ਇਹ ਚੈਪਟਰ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸਾਹਿਬ ਦੇ ਆਪਸੀ ਸਬੰਧ ਕਿਹਜੇ ਸੀ ਤੁਸੀਂ ਤਾਂ ਇਹ ਬੁੱਕ ਪੜ੍ਹ ਕੇ ਚੈਪਟਰ ਨੂੰ ਪੜ੍ਹ ਕੇ ਚਾਹੇ ਵੀਡੀਓ ਸੁਣ ਲਿਓ ਠੀਕ ਹੈ ਤਾਂ ਉਹਦੇ ਚੋਂ ਪੜ੍ਹ ਕੇ ਤੁਸੀਂ ਇਹ ਆਪਣੇ ਨੋਟ ਆਪਣੇ ਬੁੱਕ ਦੇ ਉੱਪਰ ਰਾਈਟ ਕਰਨਾ ਹੈ ਚਾਹੇ ਕਿ ਹੈ ਦੋਨਾਂ ਦੇ ਵਿੱਚੋਂ ਕੋਈ ਇੱਕ ਕਰ ਲਓ ਜੋ ਤੁਹਾਨੂੰ ਠੀਕ ਲੱਗਦਾ ਹੈ ਪੀਰ ਬੁੱਧੂ ਸਾਹਿਬ ਦੇ ਪਰਿਵਾਰ ਬਾਰੇ ਜਾਣਕਾਰੀ ਦਿਓ ਕਿੰਨਾ ਨਾਲ ਵਿਆਹ ਹੋਇਆ ਕਿ ਮੰਤੇ ਉਹਨਾਂ ਦੀ ਪਤਨੀ ਦਾ ਨਾਮ ਕੀ ਸੀ ਕਿੰਨੇ ਉਹਨਾਂ ਦੇ ਪੁੱਤਰ ਸੀ ਸਭ ਕੁਝ ਲਿਖਣਾ ਉਹਨਾਂ ਦੇ ਪਰਿਵਾਰ ਬਾਰੇ ਠੀਕ ਹੈ ਬੇਟਾ ਹੁਣ ਅੱਗੇ ਆਪਾਂ ਚੈਪਟਰ ਕਰਾਂਗੇ 8 8 ਕਰ ਲਏ ਆਪਾਂ ਨੇ 8 ਤੋਂ ਬਾਅਦ ਆਪਾਂ 9 ਕਰਾਂਗੇ ਕੰਪਿਊਟਰ ਤੇ ਇੰਟਰਨੈਟ ਠੀਕ ਹੈ ਪਾਠ 9 ਕੰਪਿਊਟਰ ਤੇ ਇੰਟਰਨੈਟ ਪੇਜ ਨੰਬਰ ਹੈਗਾ ਇਹਦਾ 54 ਠੀਕ ਹੈ ਇਹਦੇ ਆਪਾਂ ਨੇ ਔਖੇ ਸ਼ਬਦਾਂ ਦੇ ਅਰਥ ਪੜ੍ਹ ਲਏ ਸੀ ਬੇਟਾ ਠੀਕ ਹੈ ਤੇ ਹੁਣ ਆਪਾਂ ਇਹਨਾਂ ਦੇ ਕੀ ਹੈ ਸਹੀ ਉੱਤਰ ਚੁਣਾਂਗੇ ਪੇਜ ਨੰਬਰ 57 ਹੈ ਇਹ ਠੀਕ ਹੈ ਮਨੁੱਖ ਨੇ ਦਿਮਾਗ ਲਗਾ ਕੇ ਇਸ ਪਾਠ ਵਿੱਚ ਕੀ ਤਿਆਰ ਕੀਤਾ ਕੰਪਿਊਟਰ ਤਿਆਰ ਕੀਤਾ ਮਨੁੱਖ ਨੇ ਦਿਮਾਗ ਲਾ ਕੇ ਠੀਕ ਹੈ ਦੁਨੀਆ ਦਾ ਸਭ ਤੋਂ ਪਹਿਲਾਂ ਡਿਜੀਟਲ ਕਿਹਾ ਜਾਂਦਾ ਹੈ ਮਾਈਕਰੋ ਐਨਾਇਕ ਨੂੰ ਠੀਕ ਹੈ ਦੁਨੀਆ ਦਾ ਸਭ ਤੋਂ ਪਹਿਲਾ ਡਿਜੀਟਲ ਕੰਪਿਊਟਰ ਕਿਸ ਨੂੰ ਕਿਹਾ ਜਾਂਦਾ ਐਨਾਇਕ ਨੂੰ ਨਾਮ ਹੈ ਇਹ ਆਧੁਨਿਕ ਕੰਪਿਊਟਰਾਂ ਦਾ ਪਿਤਾਮਾ ਕਿਹਾ ਜਾਂਦਾ ਹੈ ਚਾਰਲਸ ਬੈਬੇਜਸ ਨੂੰ ਮਹਾਰਾਸ਼ਟਰ ਦਾ ਸ਼ਹਿਰ ਕੰਪਿਊਟਰ ਸੌਫਟਵੇਅਰ ਕੰਪਨੀਆਂ ਲਈ ਪ੍ਰਸਿੱਧ ਹੈ ਬੈਂਗਲੌਰ ਦਾ ਸ਼ਹਿਰ ਠੀਕ ਹੈ ਹੁਣ ਇਸ ਚੈਪਟਰ ਦੇ ਬੇਟਾ ਵਾਕਾਂ ਵਿੱਚ ਵਰਤੋ ਨੇ ਠੀਕ ਹੈ ਵਿਸ਼ੇ ਵਿਆਪੀ ਖਜ਼ਾਨਾ ਆਸਾਨ ਜਾਣਕਾਰੀ ਚਿੰਤਾ ਨੁਕਸਾਨ ਖੋਜ ਇਹ ਸਾਰੇ ਸ਼ਬਦ ਚੈਪਟਰ ਦੇ ਵਿੱਚ ਨੇ ਤੁਸੀਂ ਆਪਣੇ ਨੋਟਬੁੱਕ ਦੇ ਉੱਪਰ ਇਹ ਵਾਕ ਆਪਣੇ ਆਪ ਬਣਾ ਕੇ ਰਾਈਟ ਕਰਨੇ ਨੇ ਠੀਕ ਹੈ ਅਗਰ ਨੈਕਸਟ ਬੇਟਾ ਕੰਪਿਊਟਰ ਸ਼ਬਦ ਅੰਗਰੇਜ਼ੀ ਦੀ ਸ਼ਬਦ ਕੰਪਿਊਟਰ ਤੋਂ ਬਣਿਆ ਹੈ ਠੀਕ ਹੈ ਕਿਤੋਂ ਬਣਿਆ ਕੰਪਿਊਟਰ ਤੋਂ ਕੰਪਿਊਟਰ ਸ਼ਬਦ ਅੰਗਰੇਜ਼ੀ ਦੀ ਸ਼ਬਦ ਕੰਪਿਊਟਰ ਤੋਂ ਬਣਿਆ ਹੈ ਪੰਜਾਬੀ ਕੰਪਿਊਟਰ ਨੂੰ ਹਿਸਾਬ ਸਾਜ ਕਹਿਆ ਜਾਂਦਾ ਹੈ ਪੰਜਾਬੀ ਵਿੱਚ ਕੰਪਿਊਟਰ ਨੂੰ ਕੀ ਕਿਹਾ ਜਾਂਦਾ ਹੈ ਹਿਸਾਬ ਸਾਜ ਠੀਕ ਹੈ ਮਹਾਨ ਵਿਗਿਆਨੀ ਚਾਰਲਸ ਬੈਬਜ ਨੂੰ ਆਧੁਨਿਕ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਕਿਹਨਾਂ ਨੂੰ ਕਿਹਾ ਜਾਂਦਾ ਚਾਰਲਸ ਬੈਬਜ ਨੂੰ ਆਪਾਂ ਨੇ ਚੈਪਟਰ ਦੇ ਵਿੱਚ ਪੜਿਆ ਹੋਇਆ ਹੈ ਠੀਕ ਹੈ ਡੈਸ਼ ਵਿੱਚ ਇੰਟਰਨੈਟ ਨੇ ਭਾਰਤ ਵਿੱਚ ਪੈਰ ਪਸਾਰੇ ਕਿੰਨੇ ਸਾਲ ਦੇ ਵਿੱਚ ਭਾਰਤ ਦੇ ਵਿੱਚ ਇੰਟਰਨੈਟ ਨੇ ਪੈਰ ਪਸਾਰੇ ਸੀ 1995 ਦੇ ਵਿੱਚ ਜਿਆਦਾਤਰ ਲੋਕ ਇੰਟਰਨੈਟ ਦੀ ਵਰਤੋਂ ਆਪਣੇ 스마트ਫੋਨ ਤੇ ਕਰਦੇ ਹਨ ਠੀਕ ਹੈ ਨੈਕਸਟ ਆਜੋ ਬੇਟਾ ਬਾਕੀ ਅੱਗੇ ਸਹੀ ਗਲਤ ਦਾ ਨਿਸ਼ਾਨ ਲਗਾਣਾ ਹੈ ਅੰਗਰੇਜ਼ੀ ਭਾਸ਼ਾ ਤੋਂ ਬਿਨਾ ਕੰਪਿਊਟਰ ਸਿੱਖਿਆ ਨਹੀਂ ਜਾ ਸਕਦਾ ਠੀਕ ਕੰਪਿਊਟਰ ਬਿਜਲੀ ਤੋਂ ਬਿਨਾ ਚੱਲਦਾ ਹੈ ਬਿਜਲੀ ਤੋਂ ਬਿਨਾ ਚੱਲਦਾ ਹੈ ਗਲਤ ਕੰਪਿਊਟਰ ਦਾ ਅਰਥ ਹੈ ਗਣਨਾ ਜਾਂ ਹਿਸਾਬ ਕਰਨਾ ਠੀਕ ਦੁਨੀਆ ਦੀ ਨਾਮਵਰ ਕੰਪਨੀ IBM ਨੇ ਸਭ ਤੋਂ ਪਹਿਲਾਂ ਪਰਸਨਲ ਕੰਪਿਊਟਰ ਬਣਾਇਆ ਠੀਕ ਇੰਟਰਨੈਸ਼ਨਲ ਨਾਲ ਸਾਰੀਆਂ ਸਾਰੀ ਦੁਨੀਆ ਦੀ ਕੋਈ ਵੀ ਜਾਣਕਾਰੀ ਲੈ ਸਕਦਾ ਹੈ ਠੀਕ ਇੰਟਰਨੈਟ ਹਰ ਇੱਕ ਦੀ ਪਹਿਲੀ ਪਸੰਦ ਹੈ ਠੀਕ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਤੋਂ ਬਿਨਾ ਕੰਪਿਊਟਰ ਸਿੱਖਿਆ ਨਹੀਂ ਜਾ ਸਕਦਾ ਸਿੱਖਿਆ ਜਾ ਸਕਦਾ ਹੈ ਅੰਗਰੇਜ਼ੀ ਭਾਸ਼ਾ ਤੋਂ ਬਿਨਾ ਕੰਪਿਊਟਰ ਬਿਜਲੀ ਤੋਂ ਬਿਨਾ ਚੱਲਦਾ ਹੈ ਗਲਤ ਕੰਪਿਊਟਰ ਦਾ ਅਰਥ ਹੈ ਗੱਣਾ ਜਾਂ ਹਿਸਾਬ ਕਰਨਾ ਠੀਕ ਦੁਨੀਆ ਦੀ ਨਾਮਵਰ ਕੰਪਨੀ IBM ਨੇ ਸਭ ਤੋਂ ਪਹਿਲਾਂ ਪਰਸਨਲ ਕੰਪਿਊਟਰ ਬਣਾਇਆ ਠੀਕ ਇੰਟਰਨੈਟ ਨਾਲ ਅਸੀਂ ਦੁਨੀਆ ਦੀ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ ਠੀਕ ਇੰਟਰਨੈਟ ਹਰ ਇੱਕ ਦੀ ਪਹਿਲੀ ਪਸੰਦ ਹੈ ਠੀਕ ਹਾਂਜੀ ਬੇਟਾ ਅੱਗੇ ਆਪਣਾ ਪਾਠ ਦਾਸ ਆ ਗਿਆ ਮਿਲਖੀ ਦਾ ਬਿਆ ਠੀਕ ਹੈ ਪੇਜ ਨੰਬਰ 60 ਇਸ ਚੈਪਟਰ ਦੇ ਹੁਣ ਆਪਾਂ ਅਭਿਆਸ ਕਰਾਂਗੇ ਠੀਕ ਹੈ ਇਹਦੇ ਆਪਾਂ ਨੇ ਔਖੇ ਸ਼ਬਦਾਂ ਦੇ ਅਰਥ ਵੀ ਪੜ ਲਏ ਹੁਣ ਆਪਾਂ ਇਹਦੇ ਸਹੀ ਉੱਤਰ ਚੁਣਨੇ ਕਰਾਂਗੇ ਬਾਂਦਰ ਦੇ ਮਨ ਕੀ ਬਣਨ ਦਾ ਫੁਰਨਾ ਆਇਆ ਕੀ ਬਣਨ ਦਾ ਫੁਰਨਾ ਆਇਆ ਲੜਾ ਬਣਨ ਦਾ ਠੀਕ ਹੈ ਨਥੋ ਨੇ ਕੀ ਪਾਇਆ ਹੋਇਆ ਸੀ ਲਾਲਕ ਗਰੀ ਤੇ ਲਾਲ ਪਰਾਂਦੀ ਪਾਈ ਹੋਈ ਸੀ ਮਿਲਖੀ ਕੀ ਖਾਂਦਾ ਸੀ ਜਰਦਾ ਨਥੋ ਰੁਸ ਕੇ ਕਿੱਥੇ ਚਲੀ ਗਈ ਸੀ ਪੇਕੇ ਚਲੀ ਗਈ ਸੀ ਹੁਣ ਇਹਦੇ ਆਪਾਂ ਕੁਐਸਚਨ ਆਨਸਰ ਵੀ ਕਰ ਲਏ ਬੇਟਾ ਠੀਕ ਹੈ ਹੁਣ ਜਿਹੜੀ ਕਵਿਤਾ ਪੜ੍ਹ ਕੇ ਉਹਦੇ 17 ਪੂਰੀਆਂ ਕਰਨੀਆਂ ਨੇ ਹੱਥ ਜੋੜ ਉਸ ਅਰਜ ਗੁਜ਼ਾਰੀ ਗੱਲ ਸੁਣ ਮੇਰੀ ਨਥੋ ਪਿਆਰੀ ਮੇਰੀ ਅਕਲ ਟਿਕਾਣੇ ਆਈ ਡਾਡੀ ਚੰਗੀ ਰਹੇ ਸਫਾਈ ਠੀਕ ਹੈ ਉਹ ਕੀ ਨਸ਼ੇ ਪਤੇ ਕਰਦਾ ਸੀ ਗੰਦਾ ਬਣਿਆ ਰਹਿੰਦਾ ਸੀ ਨਾ ਹੁੰਦਾ ਨਹੀਂ ਸੀ ਠੀਕ ਹੈ ਤਾਂ ਉਹ ਕਹਿੰਦਾ ਵੀ ਹੁਣ ਮੇਰੀ ਅਕਲ ਹੈ ਜਿਹੜੀ ਟਿਕਾਣੇ ਆ ਗਈ ਹੈ ਵੀ ਮੈਂ ਹੁਣ ਸਫਾਈ ਚੰਗੀ ਸਫਾਈ ਰੱਖਿਆ ਕਰੂੰਗਾ ਠੀਕ ਹੈ ਹੇੜ ਲਿਕੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਲਾੜਾ ਬਲਾਇਤ ਸਰਨਾਵਾ ਝਾਂਜਰ ਤੋਬਾ ਬਹੁਤ ਹੀ ਘੜਾ ਮਟਕਾਉਣਾ ਇਹ ਸਭ ਬੇਟਾ ਤੁਹਾਡੀ ਬੁੱਕ ਦੇ ਚੈਪਟਰ ਦੇ ਵਿੱਚ ਸ਼ਬਦ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਵਾਕ ਬਣਾ ਕੇ ਲਿਖ ਲੈਣਾ ਇਹਨਾਂ ਦੇ ਠੀਕ ਹੈ ਹਾਂਜੀ ਬੇਟਾ ਅੱਗੇ ਆਪਣਾ ਹੈਗਾ ਪਾਠ 11 ਗਿਠਮੁਠੀਆ ਵਾਲਾ ਖੂਨ ਠੀਕ ਹੈ ਪੇਜ ਨੰਬਰ 64 ਇਸ ਚੈਪਟਰ ਦੇ ਹੁਣ ਆਪਾਂ ਪਾਠ ਅਭਿਆਸ ਕਰਾਂਗੇ ਪਿੰਡ ਵਾਲਿਆਂ ਨੇ ਕੀ ਪੁੱਟਣ ਦਾ ਫੈਸਲਾ ਕੀਤਾ ਖੂਹ ਪੁੱਟਣ ਦਾ ਫੈਸਲਾ ਕੀਤਾ ਲੱਕੜ ਦੇ ਗੋਲ ਪਈਏ ਦਾ ਨਾ ਕੀ ਸੀ ਚੱਕ ਜਿਹੜਾ ਖੂਹ ਚ ਉਤਾਰਨਾ ਸੀ ਠੀਕ ਹੈ ਸ਼ਿਭੂ ਬਾਗੀ ਨੇ ਖੂਹ ਦੇ ਅੰਦਰ ਝਾਕ ਕੇ ਕੀ ਨਿਕਲ ਆਉਣ ਬਾਰੇ ਕਿਹਾ ਗਿਠਮੁਠੀਏ ਸੁੱਚਾ ਸਿੰਘ ਨੂੰ ਗਿਠਮੁਠੀਏ ਦੀਆਂ ਗੱਲਾਂ ਕੀ ਲੱਗਦੀਆਂ ਸਨ ਬੇਥਵੀਆਂ ਮਤਲਬ ਇਧਰ ਉਧਰ ਦੀਆਂ ਬਿਨਾ ਮਤਲਬ ਦੀਆਂ ਗੱਲਾਂ ਲੱਗਦੀਆਂ ਸੀ ਅੱਗੇ ਕਿਹਾ ਬਟਾ ਖਾਲੀ ਥਾਵਾਂ ਉਹ ਬਾਹਰ ਦੀ ਹਵਾ ਵਿੱਚੋਂ ਹੋਰੂੰ ਲੈਣ ਲੱਗ ਪਿਆ ਵੀ ਮਤਲਬ ਔਖੇ ਔਖੇ ਜੀ ਸਾਹ ਲੈਣ ਲੱਗ ਪਿਆ ਗਿਠਮੂਠੀ ਦੀ ਗੱਲ ਚੱਲ ਰਹੀ ਸੀ ਇਸ ਵਿੱਚ ਠੀਕ ਹੈ ਹਜੂਰਾ ਸਿੰਘ ਉੱਠ ਕੇ ਖਲੋ ਗਿਆ ਮਤਲਬ ਹਜੂਰਾ ਸਿੰਘ ਜਿਹੜਾ ਉੱਠ ਕੇ ਖੜਾ ਹੋ ਗਿਆ ਠੀਕ ਹੈ ਸਾਰੇ ਉੱਠ ਕੇ ਖੂਹ ਵਿੱਚ ਵੜ ਗਏ ਠੀਕ ਹੈ ਇਹ ਥੋੜਾ ਗਲਤ ਲਿਖਿਆ ਹੋਇਆ ਹੈ ਇੱਥੇ ਇਹ ਆਏਗਾ ਸਾਰੇ ਉੱਠ ਕੇ ਖੂਦ ਦੇ ਵਿੱਚ ਖੂਦ ਦੇ ਵਿੱਚ ਸਾਰੇ ਉੱਠ ਕੇ ਖੂਹ ਵਿੱਚ ਆ ਗਏ ਠੀਕ ਹੈ ਖੂਦ ਦੇ ਨੇੜੇ ਆ ਗਏ ਸੀ ਸਾਰੇ ਜਣੇ ਖੂਦ ਦੇ ਵਿੱਚ ਨਹੀਂ ਬੜੇ ਸੀ ਖੂਦ ਦੇ ਨੇੜੇ ਆ ਗਏ ਸੀ ਖੂਦ ਦੇ ਉੱਪਰ ਉੱਠ ਕੇ ਠੀਕ ਹੈ ਚੱਕ ਉੱਤੇ ਬਿਟਾਂ ਬਿਟਾਂ ਗਲਤ ਲਿਖਿਆ ਹੋਇਆ ਇੱਥੇ ਹੋਗਾ ਇਟਾਂ ਇਟਾਂ ਦੀ ਚਿਣਾਈ ਸ਼ੁਰੂ ਹੋ ਗਈ ਸੀ ਚੱਕ ਦੇ ਉੱਪਰ ਠੀਕ ਹੈ ਚੱਕ ਨੀਚੇ ਤਾਂ ਤਾਂ ਉਤੋਂ ਉੱਪਰ ਕੀ ਇਹ ਇਟਾਂ ਦੀ ਚਿਣਾਈ ਸ਼ੁਰੂ ਹੋ ਗਈ ਸੀ ਡੈਸ਼ ਨੇ ਉਲਕਣ ਜਿਹੀ ਅੱਖਾਂ ਵਿੱਚ ਚਮਕੀ ਉਲਕਣ ਨਹੀਂ ਆਏਗਾ ਬੇਟਾ ਉਲਝਣ ਆਏਗਾ ਵੀਰੇ ਨੇ ਉਲਝਣ ਜਿਹੀ ਵੀਰੇ ਨੇ ਉਰਜਣ ਜਿਹੀ ਅੱਖਾਂ ਵਿੱਚ ਚਮਕੀਆਂ ਠੀਕ ਹੈ ਉਹਦੀਆਂ ਅੱਖਾਂ ਦੇ ਵਿੱਚ ਉਲਝਣ ਜੀ ਚਮਕ ਗਈ ਸੀ ਵੀ ਗਿਠ ਮੁਠੀਆ ਤਾਂ ਨਿਕਲੇ ਨਹੀਂ ਹੈਗਾ ਠੀਕ ਹੈ ਤੁਹਾਨੂੰ ਇਹ ਚੈਪਟਰ ਪੜਾਇਆ ਹੈ ਅੰਤ ਤਾ ਤੁਸੀਂ ਇਹ ਚੈਪਟਰ ਨੂੰ ਧਿਆਨ ਨਾਲ ਪੜ੍ਹ ਕੇ ਉਹਦੇ ਫਿਰ ਵਾਕ ਬਣਾਉਣੇ ਨੇ ਸ਼ਾਮਲਾਟ ਕਲਪਨਾ ਹਾਸਲ ਕਰਨਾ ਰੱਬ ਨੂੰ ਪਿਆਰਾ ਹੋਣਾ ਖਾਂਦਾਨ ਠੀਕ ਹੈ ਬੇਟਾ ਤਾਂ ਹੁਣ ਅੱਗੇ ਹੈਗੇ ਨੇ ਆਪਣੇ ਅੱਗੇ ਹੈਗੇ ਨੇ ਬੇਟਾ ਠੀਕ ਗਲਤ ਦੇ ਨਿਸ਼ਾਨ ਲਗਾਣੇ ਨੇ ਉਹ ਸਾਰੇ ਉੱਠ ਕੇ ਖੂਦ ਤੇ ਆ ਗਏ ਠੀਕ ਬੀਰੇ ਦਾ ਮਨ ਉਦਾਸ ਹੋ ਗਿਆ ਠੀਕ ਕਾਰ ਸੇਵਾ ਵਾਲੇ ਨੇ ਖੂਦ ਡੂੰਗਾ ਕੀਤਾ ਗਲਤ ਗਿਟਮੁਠੀਏ ਹੁੰਦੇ ਹਨ ਖੂਹਾਂ ਵਿੱਚ ਗਿਟਮੁਠੀਏ ਠੱਠਾ ਆਏ ਗਏ ਤੇ ਠੀਕ ਹੈ ਗਿੱਟਮੁਠੀਆਂ ਹੁੰਦੇ ਹਨ ਖੁਆ ਵਿੱਚ ਗਲਤ ਵੀਰੇ ਨੇ ਗਿੱਟਮੁਠੀਆਂ ਨਾਲ ਗੱਲਾਂ ਕੀਤੀਆਂ ਨੇ ਗਲਤ ਇਹ ਤੁਸੀਂ ਆਪਣੇ ਚਾਰੇ ਚੈਪਟਰ ਦੀ ਬੁੱਕ ਐਕਸਰਸਾਈਜ਼ ਨੂੰ ਕੰਪਲੀਟ ਕਰਨਾ ਤੇ ਯਾਦ ਕਰਨਾ